ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਅੱਜ ਤੁਹਾਨੂੰ ਹੋਰ ਢੰਗ ਨਾਲ ਧਾਰਨਾ ਕਰਵਾ ਰਿਹਾ, ਇਹ ਤੁਸੀਂ ਧਾਰਨਾ ਕਰ ਲਿਓ। ਇਹ ਰਿਹਾ ਤੋਂ ਬਿਨਾਂ, ਪਰ ਇਸ ਰਿਹਾ ਤੋਂ ਤੁਸੀਂ ਹੋਰ ਵੀ ਧਾਰਨਾ ਪੜ੍ਹ ਸਕਦੇ ਹੋ ਵੀ ਰਿਹਾ ਹੀ ਹੈ। ਆਓ, ਇਹ ਧਾਰਨਾ ਮੈਂ ਆਰੰਭ ਕਰ ਰਿਹਾ, ਪਹਿਲਾ ਕਾਲਾ, ਦੂਜਾ ਕਾਲਾ, ਤੀਜਾ ਕਾਲਾ, ਚੌਥੇ ਕਾਲ ਤੋਂ ਆਰੰਭ ਕਰ ਰਿਹਾ। ਚਾਰ ਸੁਰਾਂ ਨੇ, ਪਹਿਲੀ, ਦੂਜੀ, ਤੀਜੀ, ਚੌਥੀ। ਦੁਬਾਰਾ ਫਿਰ ਦੇਖ ਲਓ, ਪਹਿਲੀ, ਦੂਜੀ, ਤੀਜੀ, ਚੌਥੀ। ਆਓ, ਕਿਹੜੀ ਧਾਰਨਾ ਦੇਖ ਲਓ। ਆ ਮੈਂ ਪਹਿਲੀ, ਦੂਜੀ, ਤੀਜੀ, ਚੌਥੀ, ਇਹ ਧਾਰਨਾ ਇੱਥੋਂ ਆਰੰਭ ਹੋ ਗਈ। ਉਹ ਅੰਮ੍ਰਿਤ ਵੇਲੇ ਜੀ ਕੌਣ ਜਾਗਦੇ, ਅੰਮ੍ਰਿਤ ਵੇਲੇ ਜੀ ਕੌਣ ਜਾਗਦੇ, ਕੋਈ ਜਾਗਦੇ ਨੇ ਰੱਬ ਦੇ ਪਿਆਰੇ ਸਾਨੂੰ ਕੌਣ ਜਾਗਦੇ, ਅੰਮ੍ਰਿਤ ਵੇਲੇ ਜੀ ਕੌਣ ਜਾਗਦੇ। ਧਾਰਨਾ ਪੜ੍ਹਨੀ ਕਿਵੇਂ ਇੱਥੋਂ ਆਰੰਭ ਕਰਨੀ ਹੈ। ਅੰਮ੍ਰਿਤ ਵੇਲੇ ਜੀ, ਅੰਮ੍ਰਿਤ ਵੇਲੇ ਜੀ, ਅੰਮ੍ਰਿਤ ਵੇਲੇ ਜੀ ਕੌਣ ਜਾਗਦੇ, ਕੌਣ ਜਾਗਦੇ, ਕੌਣ ਜਾਗਦੇ, ਅੰਮ੍ਰਿਤ ਵੇਲੇ ਜੀ ਕੌਣ ਜਾਗਦੇ, ਕੌਣ ਕੌਣ ਜਾਗਦੇ, ਕੌਣ ਜਾਗਦੇ, ਕੌਣ ਕੌਣ ਜਾਗਦੇ, ਕੌਣ ਕੌਣ ਜਾਗਦੇ। ਅੰਤਰ, ਕੋਈ ਜਾਗਦੇ ਨੇ ਰੱਬ ਦੇ ਪਿਆਰੇ ਜੀ ਕੌਣ ਜਾਗਦੇ, ਕੋਈ ਜਾਗਦੇ ਨੇ ਰੱਬ ਦੇ ਪਿਆਰੇ ਜੀ ਕੌਣ ਜਾਗਦੇ, ਅੰਮ੍ਰਿਤ ਵੇਲੇ ਜੀ ਕੌਣ ਜਾਗਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।